ਸੰਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬਹੁਤ ਹੀ ਮਹਾਨ ਅਤੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਸੁਸ਼ੋਭਤ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚਾ ਗੁਰੂ ਖਾਲਸਾ ਪੰਥ ਦੀਨ ਦੁਨੀਆ ਦੇ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਸ਼ਤਾਬਦੀ ਰੂਪ ਦੇ ਵਿੱਚ ਮਨਾਉਣ ਜਾ ਰਿਹਾ। ਇਹ ਖਾਲਸਾ ਪੰਥ ਦੀ 29ਵੀਂ ਸ਼ਤਾਬਦੀ ਹੈ। ਪਹਿਲੀ ਸ਼ਤਾਬਦੀ 1939 ਦੇ ਵਿੱਚ ਖਾਲਸਾ ਪੰਥ ਨੇ ਲਾਹੌਰ ਦੀ ਧਰਤੀ ਦੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 100 ਸਾਲਾ ਯਾਦ ਮਨਾ ਕੇ ਸ਼ਤਾਬਦੀ ਮਨਾਈ ਸੀ। ਉਸ ਵਕਤ ਲਾਹੌਰ ਦੇ ਅੰਦਰ ਸਮੂਹ ਗੁਰੂ ਖਾਲਸਾ ਪੰਥ ਨੇ ਰਿਕਸ਼ਿਆਂ ਦੇ ਉੱਤੇ ਇੱਕ ਬਹੁਤ ਵੱਡਾ ਮਾਰਚ ਕੀਤਾ ਸੀ, ਜਿਹੜਾ ਉਸ ਵੇਲੇ ਦਾ ਯਾਦਗਾਰੀ ਮਾਰਚ ਸੀ। ਦੂਸਰੀ ਸ਼ਤਾਬਦੀ ਅਸੀਂ 1966 ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 300 ਸਾਲਾ ਪ੍ਰਕਾਸ਼ ਪੁਰਬ ਮਨਾ ਕੇ ਕੀਤੀ। ਉਸ ਤੋਂ ਬਾਅਦ 1969 ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਰੂਪ ਦੇ ਵਿੱਚ ਮਨਾਇਆ। ਅਤੇ ਇਹ ਜਿਹੜੀ ਸ਼ਤਾਬਦੀ ਅਸੀਂ ਮਨਾਉਣ ਜਾ ਰਹੇ ਹਾਂ, ਇਹ 29ਵੀਂ ਸ਼ਤਾਬਦੀ ਹੈ। ਅੱਜ ਦਾ ਇਹ ਜਿਹੜਾ ਸਮਾਗਮ ਹੈ, ਇਹ ਸਿੱਖ ਪੰਥ ਦੇ ਮਹਾਨ ਸੇਵਕ ਜਰਨੈਲ ਯੋਧੇ ਸੂਰਬੀਰ ਬਾਬਾ ਜੈਤਾ ਜੀ ਨੂੰ ਸਮਰਪਿਤ ਹੈ। ਉਹਨਾਂ ਦੀ ਜਿਹੜੀ ਗੁਰੂ ਖਾਲਸਾ ਪੰਥ ਨੂੰ ਦੇਣ ਹੈ, ਉਹ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੇ ਉਤਰੀ ਹੋਈ ਹੈ, ਜਿਹਨੂੰ ਰਹਿੰਦੀ ਦੁਨੀਆ ਤੱਕ ਕਦੇ ਮਿਟਿਆ ਨਹੀਂ ਜਾ ਸਕਦਾ। ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਥਾ ਦਾ ਉਲੇਖ ਮਿਲਦਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੋਇਆ ਸੀ। 11 ਨਵੰਬਰ 1675 ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਹੈ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੋਇਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੀਵਾਨ ਦੀ ਸਮਾਪਤੀ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਗਤ ਨੂੰ ਕਹਿਣ ਲੱਗੇ ਕਿ ਸੰਧਿਆ ਵੇਲੇ ਦਾ ਦੀਵਾਨ ਅਨੰਦਪੁਰ ਸਾਹਿਬ ਦੀ ਬਜਾਏ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਜੇਗਾ। ਸੰਗਤਾਂ ਬੜੀਆਂ ਹੈਰਾਨ ਕਿ ਅਚਾਨਕ ਸਤਿਗੁਰਾਂ ਨੇ ਸੰਧਿਆ ਵੇਲੇ ਦਾ ਦੀਵਾਨ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਜਾਉਣ ਦਾ ਫੈਸਲਾ ਜਿਹੜਾ ਉਹ ਕਿਵੇਂ ਕਰ ਲਿਆ। ਹਜ਼ਾਰਾਂ ਦੀ ਤਾਦਾਦ ਵਿੱਚ ਇਸ ਅਸਥਾਨ ਦੇ ਉੱਤੇ ਇਕੱਠੀਆਂ ਹੋਈਆਂ ਸਿੱਖ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਗਈਆਂ ਅਤੇ ਸੰਧਿਆ ਵੇਲੇ ਦਾ ਦੀਵਾਨ ਸਜਿਆ। ਅਤੇ ਕਵੀ ਜੀ ਲਿਖਦੇ ਆ ਕਿ ਦੀਵਾਨ ਦੇ ਵਿੱਚ ਬੈਠੇ 9 ਸਾਲ ਦੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਰ ਵਾਰ ਸੰਗਤ ਦੇ ਸਿਰਾਂ ਦੇ ਉੱਪਰ ਦੀ ਨਜ਼ਰ ਮਾਰ ਕੇ ਦੇਖਦੇ ਨੇ। ਸੰਗਤ ਬੜੀ ਹੈਰਾਨ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਰ ਵਾਰ ਜਿਹੜਾ ਹੈ ਉਹ ਕਿਸ ਨੂੰ ਉਡੀਕ ਰਹੇ ਨੇ, ਕਿਸ ਦਾ ਇੰਤਜ਼ਾਰ ਕਰ ਰਹੇ ਨੇ। ਸੰਗਤ ਦੀ ਲਾਈਨ ਲੱਗੀ ਹੋਈ ਹੈ ਜੋ ਦਰਸ਼ਨ ਕਰ ਰਹੀ ਹੈ ਪਾਤਸ਼ਾਹ ਦੇ, ਭੇਟਾਵਾਂ ਅਰਪਣ ਕਰ ਰਹੀ ਹੈ ਪਾਤਸ਼ਾਹ ਦੇ ਸਾਹਮਣੇ। ਕੋਈ ਦੁਸ਼ਾਲਾ ਭੇਟ ਕਰ ਰਹੇ ਹੈ, ਕੋਈ ਆਨਾ ਭੇਟ ਕਰ ਰਹੇ ਹੈ, ਕੋਈ ਦੁਆਨਾ ਭੇਟ ਕਰ ਰਹੇ ਹੈ, ਕੋਈ 4 ਆਨੇ ਭੇਟ ਕਰ ਰਹੇ ਹੈ, ਕੋਈ ਰੁਪਈਆ ਭੇਟ ਕਰ ਰਹੇ ਹੈ, ਕੋਈ ਕੰਗਣ ਭੇਟ ਕਰ ਰਹੇ ਹੈ, ਕੋਈ ਖੇਸ ਭੇਟ ਕਰ ਰਹੇ ਹੈ। ਕਿ ਉਸ ਲਾਈਨ ਦੇ ਪਿੱਛੇ ਆ ਕੇ ਬਾਬਾ ਜੈਤਾ ਜੀ ਜਿਹੜੇ ਨੇ ਸਾਡੇ ਮਹਾਨ ਸੂਰਬੀਰ ਯੋਧੇ ਦੇ ਸੇਵਕ, ਉਹ ਖਲੋ ਜਾਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਆਪਣੇ ਸਿੰਘਾਸਨ ਤੋਂ ਉੱਠ ਕੇ ਅਤੇ ਫਿਰ ਭਾਈ ਜੈਤਾ ਜੀ ਦੇ ਕੋਲ ਖੁਦ ਚੱਲ ਕੇ ਜਾਂਦੇ ਨੇ। ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ ਅਤੇ ਜਦੋਂ ਕੋਲ ਚੱਲ ਕੇ ਗਏ ਅਤੇ ਫਿਰ ਬਾਬਾ ਜੈਤਾ ਜੀ ਨੇ ਉਹ ਸੀਸ ਜਿਹੜਾ ਆਪਣੇ ਨਾਲ ਆਪਣੀ ਹਿੱਕ ਦੇ ਨਾਲ ਲਾ ਕੇ ਦਿੱਲੀ ਤੋਂ ਲੈ ਕੇ ਆਉਂਦਾ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਪੁਰਦ ਕੀਤਾ। ਅਤੇ ਕਵੀ ਜੀ ਲਿਖਦੇ ਨੇ ਕਹਿੰਦੇ ਕੈਸਾ ਦ੍ਰਿਸ਼ ਹੋਏਗਾ ਕਿ 9 ਸਾਲ ਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਜੈਤਾ ਜੀ ਜਿਹੜੇ ਨੇ ਉਹਨਾਂ ਦੇ ਪਿਤਾ ਦਾ ਸੀਸ ਜਿਹੜਾ ਹੈ ਉਹ ਸਪੁਰਦ ਕਰ ਰਹੇ ਨੇ, ਭੇਟ ਕਰ ਰਹੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਜੈਤਾ ਜੀ ਵੱਲ ਵੇਖਿਆ ਔਰ ਆਪਣੀ ਹਿੱਕ ਦੇ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਸੰਸਾਰ ਦਾ ਸਭ ਤੋਂ ਵੱਡਾ ਸਨਮਾਨ ਜਿਹੜਾ ਹੈ
ਉਹ ਭਾਈ ਜੈਤਾ ਜੀ ਨੂੰ ਨਹੀਂ ਬਲਕਿ ਭਾਈ ਜੈਤਾ ਜੀ ਦੀ ਪੂਰੀ ਕੁੱਲ ਨੂੰ ਜਿਹੜਾ ਹੈ ਉਹ ਬਖਸ਼ਿਸ਼ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੜੀ ਵੱਡੀ ਦਾਸਾਨੀ ਬੜੀ ਵੱਡੀ ਮਹਾਨ ਅਦੁੱਤੀ ਦੇਣ ਹੈ ਭਾਈ ਜੈਤਾ ਜੀ ਦੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਸੰਸਾਰ ਦਾ ਇੱਕ ਮਹਾਨ ਸਾਕਾ ਹੈ ਜਿਵੇਂ ਮੇਰੇ ਤੋਂ ਪਹਿਲਾਂ ਬੀਬੀ ਜੀ ਬੋਲ ਕੇ ਗਏ ਨੇ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹੈ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਜ਼ਬਰੀ ਧਰਮ ਪਰਿਵਰਤਨ ਦੇ ਖਿਲਾਫ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਉਸ ਵੇਲੇ ਦੀ ਮੁਗਲ ਹਕੂਮਤ ਦੀਆਂ ਕੱਟੜ ਜਿਹੜੀਆਂ ਗੰਦੀਆਂ ਨੀਤੀਆਂ ਸੀ ਉਹਨਾਂ ਦੇ ਖਿਲਾਫ ਹੈ ਉਸ ਵਕਤ ਦੀ ਹਕੂਮਤ ਜਿਹੜੀ ਹੈ ਉਹ ਇੱਕ ਵਿਸ਼ੇਸ਼ ਧਰਮ ਦਾ ਬਹੁਤ ਵੱਡਾ ਜਿਹੜਾ ਹੈ ਉਹ ਭਾਣ ਕਰ ਰਹੀ ਸੀ ਇੱਕ ਵਿਸ਼ੇਸ਼ ਧਰਮ ਦੇ ਖਿਲਾਫ ਨਫ਼ਰਤ ਦਾ ਪ੍ਰਚਾਰ ਕਰ ਰਹੀ ਸੀ ਇੱਕ ਵਿਸ਼ੇਸ਼ ਧਰਮ ਨੂੰ ਖਤਮ ਕਰਨ ਦੇ ਲਈ ਉਹਨਾਂ ਦੇ ਆਰਥਿਕ ਵਸੀਲਿਆਂ ਦੀ ਲੁੱਟ ਕਰ ਰਹੀ ਸੀ ਉਹਨਾਂ ਦੇ ਧਾਰਮਿਕ ਅਕੀਦਿਆਂ ਦਾ ਨੁਕਸਾਨ ਕਰ ਰਹੀ ਸੀ ਉਹਨਾਂ ਦੇ ਧਾਰਮਿਕ ਅਸਥਾਨਾਂ ਦਾ ਨੁਕਸਾਨ ਕਰ ਰਹੀ ਸੀ ਅਤੇ ਉਸ ਚੀਜ਼ ਨੂੰ ਰੋਕਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਅਦੁੱਤੀ ਸ਼ਹਾਦਤ ਦਿੱਤੀ ਹੈ ਸਾਧ ਸੰਗਤ ਜੀ ਅਤੇ ਅੱਜ ਗੁਰੂ ਖਾਲਸਾ ਪੰਥ ਅਸੀਂ ਸ਼ਤਾਬਦੀ ਦੇ ਰੂਪ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਜਿਵੇਂ ਬੀਬੀ ਜੀ ਨੇ ਬੇਨਤੀ ਕੀਤੀ ਹੈ ਮੈਂ ਵੀ ਸਮੁੱਚੇ ਸੰਸਾਰ ਦੇ ਵਿੱਚ ਵਸਦੇ ਗੁਰੂ ਖਾਲਸਾ ਪੰਥ ਨੂੰ ਅਪੀਲ ਕਰਦਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੱਡੇ ਸਮਾਗਮ ਹੋ ਰਹੇ ਨੇ ਜਿਨ੍ਹਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਆਪ ਜੀ ਨੇ ਤਨ ਕਰਕੇ ਮਨ ਕਰਕੇ ਧੰਨ ਕਰਕੇ ਉੱਥੇ ਹਾਜ਼ਰੀਆਂ ਲਵਾਉਣੀਆਂ ਨੇ ਔਰ ਉਹਨਾਂ ਸਮਾਗਮਾਂ ਦਾ ਪ੍ਰਸਾਰਣ ਜਿਹੜਾ ਹੈ ਉਹ ਟੀ ਵੀ ਚੈਨਲਾਂ ਦੇ ਉੱਤੇ ਚੱਲਣਾ ਹੈ ਅਤੇ ਜਿਹੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਨੇ ਪੈਨਾਡੈਮਿਕ ਦੇ ਕਾਰਨ ਉੱਥੇ ਹਾਜ਼ਰ ਨਹੀਂ ਹੋ ਸਕਦੀਆਂ ਉਹਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਆਪਣੇ ਘਰਾਂ ਦੇ ਵਿੱਚ ਬੈਠ ਕੇ ਤੁਸੀਂ ਸਾਰਾ ਉਹ ਸਮਾਗਮ ਜਿਹੜਾ ਹੈ ਉਹ ਲਾਈਵ ਸੁਣਨਾ ਮੈਂ ਦੋ ਬੇਨਤੀਆਂ ਕਰਨੀਆਂ ਸਾਧ ਸੰਗਤ ਜੀ ਕਿ ਇੱਕ ਤਾਂ ਲਾਈਵ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜਿਹੜੀਆਂ ਤਨ ਕਰਕੇ ਹਾਜ਼ਰ ਨਹੀਂ ਹੋ ਸਕਦੀਆਂ ਇਸ ਪੈਨਾਡੈਮਿਕ ਦੇ ਕਾਰਨ ਉਹ ਟੀ ਵੀ ਮਾਧਿਅਮ ਦੇ ਰਾਹੀਂ ਉਸ ਸਮਾਗਮ ਨੂੰ ਸੁਣਨ ਅਤੇ ਦੂਸਰਾ 30 ਅਪ੍ਰੈਲ ਅਤੇ 1 ਮਈ ਨੂੰ ਸੰਸਾਰ ਭਰ ਦੇ ਸਾਰੇ ਸਿੱਖ ਜਿਹੜੇ ਹੈ ਆਪਣੇ ਆਪਣੇ ਘਰਾਂ ਦੇ ਉੱਤੇ ਰੋਸ਼ਨੀ ਜਿਹੜੀ ਹੈ ਉਹ ਜ਼ਰੂਰ ਕਰਨ ਦੀਵੇ ਬਾਲੇ ਜਾਣ ਲੜੀਆਂ ਬਾਲੀਆਂ ਜਾਣ ਪੂਰੇ ਸੰਸਾਰ ਦੇ ਵਿੱਚ ਸਿੱਖਾਂ ਦੇ ਘਰ ਜਿਹੜੇ ਆ ਉਹ ਰੋਸ਼ਨ ਹੋਣੇ ਚਾਹੀਦੇ ਹੈ ਮੈਂ ਤਾਂ ਕਹਾਂਗਾ ਕਿ ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਨੇ ਚਾਹੇ ਉਹ ਹਿੰਦੂ ਨੇ ਚਾਹੇ ਉਹ ਮੁਸਲਮਾਨ ਨੇ ਬੋਧੀ ਨੇ ਜੈਨੀ ਨੇ ਉਹਨਾਂ ਦੇ ਘਰ ਜਿਹੜੇ ਆ ਉਹ ਰੋਸ਼ਨ ਹੋਣੇ ਚਾਹੀਦੇ ਆ ਉਸ ਦਿਨ ਦੇ ਬਾਬਾ ਬਲਵੀਰ ਸਿੰਘ ਜੀ ਸ਼੍ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਮੁਖੀ ਬੈਠੇ ਨੇ ਬਾਬਾ ਅਵਤਾਰ ਸਿੰਘ ਜੀ ਦਲ ਪੰਥ ਜਿੱਦੀ ਚੰਦ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਬਾਬਾ ਨਿਹਾਲ ਸਿੰਘ ਜੀ ਇਸ ਸਮਾਗਮ ਦੇ ਆਰੰਭ ਹੋਣ ਤੋਂ ਪਹਿਲਾਂ ਸਾਰੀ ਵਿਚਾਰ ਕੀਤੀ ਹੈ ਬੜਾ ਸੁਚੱਚਾ ਫੈਸਲਾ ਲਿਆ ਕਿ 29 ਅਪ੍ਰੈਲ ਨੂੰ ਬਾਬਾ ਬਕਾਲਾ ਸਾਹਿਬ ਦੀ ਪਾਵਨ ਧਰਤੀ ਤੋਂ ਪਾਤਸ਼ਾਹ ਦੇ ਅਸਵਾਰੇ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਜਾਇਆ ਜਾਣਾ ਉਸ ਨਗਰ ਕੀਰਤਨ ਦੇ ਵਿੱਚ ਬੇਨਤੀ ਕੀਤੀ ਬਾਬਾ ਜੀ ਨੂੰ ਕਿ ਉਸ ਨਗਰ ਕੀਰਤਨ ਦੇ ਵਿੱਚ ਘੋੜੇ ਹਾਥੀ ਊਠ ਬੱਗੀਆਂ ਰੱਥ ਜਿਹੜੇ ਹੈ ਉਹ ਸ਼ਾਮਲ ਕਰੋ ਅਤੇ ਬਾਬਾ ਜੀ ਨੇ ਸਾਰੇ ਮਹਾਂਪੁਰਖ ਬੈਠੇ ਨੇ ਨਿਹੰਗਾਂ ਦਲਾਂ ਦੇ ਮੁਖੀ ਬੈਠੇ ਨੇ ਇਹਨਾਂ ਨੇ ਕਿਹਾ ਬਿਲਕੁਲ ਉਸ ਖਾਲਸਾ ਇਮਾਰਤ ਦੇ ਵਿੱਚ ਬੱਗੀਆਂ ਵੀ ਸ਼ਾਮਲ ਹੋਣਗੀਆਂ ਘੋੜੇ ਵੀ ਸ਼ਾਮਲ ਹੋਣਗੇ ਊਠ ਵੀ ਸ਼ਾਮਲ ਹੋਣਗੇ ਇੱਕ ਇਤਿਹਾਸਕ ਜਿਹੜਾ ਹੈ ਉਹ ਇੱਕ ਨਗਰ ਕੀਰਤਨ ਜਿਹੜਾ ਹੈ ਇਹਨਾਂ ਨਿਹੰਗ ਸਿੰਘ ਦਲਾਂ ਵੱਲੋਂ ਜਿਹੜਾ ਉਹ ਕੱਢਿਆ ਜਾਣਾ 29 ਅਪ੍ਰੈਲ ਨੂੰ ਹੀ ਇਹਨਾਂ ਨਿਹੰਗ ਸਿੰਘ ਦਲਾਂ ਵੱਲੋਂ ਅਖਾੜਾ ਜਿਹੜਾ ਹੈ ਕੱਟ ਕੇ ਅਖਾੜੇ ਦੇ ਪ੍ਰੋਗਰਾਮ ਜਿਹੜੇ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਕੀਤੇ ਜਾਣੇ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਸਮਾਗਮਾਂ ਦਾ ਪ੍ਰਬੰਧ ਕਰ ਰਹੀ ਹੈ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਪੰਥ ਦੀਆਂ ਸਮੂਹ ਸਿੱਖ ਜਥੇਬੰਦੀਆਂ ਸੰਸਥਾਵਾਂ ਸੰਪਰਦਾਵਾਂ ਦੇ ਸਹਿਯੋਗ ਦੇ ਨਾਲ ਅਤੇ ਮੈਂ ਅਪੀਲ ਵੀ ਕਰਾਂਗਾ ਸਾਰੀਆਂ ਗੁਰੂ ਖਾਲਸਾ ਪੰਥ ਦੀਆਂ ਸੰਪਰਦਾਵਾਂ ਨੂੰ ਜਥੇਬੰਦੀਆਂ ਨੂੰ ਸਭਾ ਸੁਸਾਇਟੀਆਂ ਨੂੰ ਗੁਰਦੁਆਰਾ ਕਮੇਟੀਆਂ ਨੂੰ ਇਹਨਾਂ ਸਮਾਗਮਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੱਥ ਫੜ ਕੇ ਜਿਹੜਾ ਹੈ ਉਹ ਸਾਥ ਦਿਓ ਤਾਂ ਕਿ ਆਪਾਂ ਵੱਧ ਤੋਂ ਵੱਧ ਸ਼ਰਧਾ ਅਤੇ ਉਤਸ਼ਾਹ ਸਹਿਤ ਇਸ ਮਹਾਨ ਪੁਰਬ ਨੂੰ ਮਨਾ ਸਕੀਏ ਮੈਂ ਹੁਣ ਆਹ ਵੀ ਬੇਨਤੀ ਕਰਾਂ ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ ਮਾਨਯੋਗ ਸਿੰਘ ਸਾਹਿਬ ਯਾਨੀ ਰਘਵੀਰ ਸਿੰਘ ਜੀ ਉਹ ਆਪ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨ ਸਿੰਘ ਸਾਹਿਬ ਯਾਨੀ ਰਘਵੀਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਮੰਚ ਦੇ ਉੱਤੇ ਆਉਣ ਅਤੇ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।